ਸਤਿ ਸ਼੍ਰੀ ਅਕਾਲ ਪੰਜਾਬੀ ਵਿਦੇਸ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਕਮਲਪ੍ਰੀਤ ਕੌਰ ਹਾਜ਼ਰ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਲੈ ਕੇ। ਹਰ ਦੇਸ਼ ਦੀਆਂ ਇਮੀਗ੍ਰੇਸ਼ਨ ਸੰਬੰਧਿਤ ਸਹੀ ਅਤੇ ਤਾਜ਼ਾ ਖਬਰਾਂ ਦੇਖਣ ਲਈ ਅੱਜ ਹੀ ਪੰਜਾਬੀ ਵਿਦੇਸ਼ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰੋ ਅਤੇ ਨਾਲ ਹੀ ਬੈੱਲ ਆਈਕਨ ਬਟਨ 'ਤੇ ਪ੍ਰੈੱਸ ਕਰੋ ਤਾਂ ਕਿ ਤੁਹਾਨੂੰ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ। ਸਭ ਤੋਂ ਪਹਿਲਾਂ ਅੱਜ ਦੀਆਂ ਹੈੱਡਲਾਈਨਸ 'ਤੇ ਇੱਕ ਨਜ਼ਰ ਮਾਰਦੇ ਹਾਂ। ਜਸਟਿਨ ਟਰੂਡੋ ਵੱਲੋਂ ਅੱਜ ਨਵੀਆਂ ਟਰੈਵਲ ਰਿਸਟ੍ਰਿਕਸ਼ਨਸ ਜਾਰੀ ਕੀਤੀਆਂ ਗਈਆਂ ਹਨ ਜੋ ਕਿ 31 ਜਨਵਰੀ 2021 ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਦੂਜਾ ਤੁਹਾਨੂੰ ਦੱਸਾਂਗੇ ਕਿ ਏਅਰ ਕੈਨੇਡਾ, ਵੈਸਟ ਜੈੱਟ, ਸਨਵਿੰਗ ਅਤੇ ਏਅਰ ਟ੍ਰਾਂਜ਼ਿਟ ਵੱਲੋਂ ਕਿਸ ਡੈਸਟੀਨੇਸ਼ਨ ਤੋਂ ਸਾਰੀਆਂ ਫਲਾਈਟ ਸਸਪੈਂਡ ਕਰ ਦਿੱਤੀਆਂ ਗਈਆਂ ਹਨ 31 ਜਨਵਰੀ 2021 ਤੋਂ। ਹੁਣ ਸਾਰੀ ਖਬਰ ਤੁਹਾਨੂੰ ਵਿਸਤਾਰ ਵਿੱਚ ਦੱਸਦੇ ਹਾਂ। ਕੈਨੇਡਾ ਸਰਕਾਰ ਵੱਲੋਂ ਕੈਨੇਡਾ ਵਿੱਚ ਵੱਧ ਰਹੇ ਕੋਵਿਡ-19 ਕੇਸਿਸ ਨੂੰ ਕੰਟਰੋਲ ਕਰਨ ਲਈ ਲਗਾਤਾਰ ਰਿਸਟ੍ਰਿਕਸ਼ਨਸ ਵਧਾਈਆਂ ਜਾ ਰਹੀਆਂ ਹਨ। ਅੱਜ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਟਰੈਵਲ ਰਿਸਟ੍ਰਿਕਸ਼ਨ ਹੋਰ ਵਧਾ ਦਿੱਤੀਆਂ ਗਈਆਂ ਹਨ ਕਿਉਂਕਿ ਕੈਨੇਡੀਅਨ ਪ੍ਰੋਵਿੰਸ ਵੱਲੋਂ ਕੁਝ ਹਫ਼ਤਿਆਂ ਤੋਂ ਲਗਾਤਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਜਸਟਿਨ ਟਰੂਡੋ 'ਤੇ ਕਿ ਇਹ ਟਰੈਵਲ ਰਿਸਟ੍ਰਿਕਸ਼ਨਸ ਨੂੰ ਹੋਰ ਸਖ਼ਤ ਕੀਤਾ ਜਾਵੇ। ਜਸਟਿਨ ਟਰੂਡੋ ਵੱਲੋਂ ਦੱਸਿਆ ਗਿਆ ਕਿ ਟਰੈਵਲਰਸ ਕੋਲ ਜਿੱਥੇ ਕੋਵਿਡ ਦੇ PCR ਟੈਸਟ ਦੀ ਰਿਪੋਰਟ ਹੋਣੀ ਚਾਹੀਦੀ ਹੈ ਉੱਥੇ ਹੀ ਹੁਣ ਟਰੈਵਲਰ ਨੂੰ ਕੈਨੇਡਾ ਵਿੱਚ ਪਹੁੰਚਣ 'ਤੇ ਫੈਡਰਲ ਸਰਕਾਰ ਵੱਲੋਂ ਦੱਸੇ ਗਏ ਡੈਜ਼ੀਗਨੇਟਡ ਹੋਟਲਸ ਵਿੱਚ 3 ਦਿਨ ਲਈ ਰੁਕਣਾ ਪਵੇਗਾ ਅਤੇ ਹੋਟਲ ਦਾ ਖਰਚਾ $2,000 ਤੱਕ ਹੋਵੇਗਾ ਜੋ ਕਿ ਆਉਣ ਵਾਲੇ ਪ੍ਰਵਾਸੀ ਨੂੰ ਦੇਣਾ ਪਵੇਗਾ। 3 ਦਿਨ ਹੋਟਲ ਵਿੱਚ ਰੁਕ ਕੇ ਉਸਨੂੰ ਆਪਣੇ ਕੋਵਿਡ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਕਰਨਾ ਪਵੇਗਾ। ਜੇ ਟੈਸਟ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਬਾਕੀ 11 ਦਿਨ ਉਹ ਆਪਣੇ ਘਰ ਵਿੱਚ ਕੁਆਰੰਟਾਈਨ ਕਰੇਗਾ। ਜੇ ਪੋਜ਼ਿਟਿਵ ਆਉਂਦੀ ਹੈ ਤਾਂ ਉਸਨੂੰ ਸਰਕਾਰ ਵੱਲੋਂ ਦੱਸੀ ਗਈ ਜਗ੍ਹਾ 'ਤੇ ਕੁਆਰੰਟਾਈਨ ਕਰਨਾ ਪਵੇਗਾ ਜੋ ਕਿ ਇੱਕ ਡੈਜ਼ੀਗਨੇਟਡ ਹੋਟਲ ਹੀ ਹੋਵੇਗਾ। ਟਰੂਡੋ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੋ ਪ੍ਰਵਾਸੀ ਬਾਏ ਰੋਡ US ਤੋਂ ਆ ਰਹੇ ਹਨ ਉਹਨਾਂ ਨੂੰ ਨੈਗੇਟਿਵ ਟੈਸਟ ਰਿਪੋਰਟ ਦਿਖਾਉਣੀ ਪਵੇਗੀ ਕੈਨੇਡਾ ਵਿੱਚ ਦਾਖਲ ਕਰਨ ਲਈ। ਹੁਣ ਦੂਜੀ ਵੱਡੀ ਖਬਰ ਵੱਲ ਰੁੱਖ ਕਰਦੇ ਹਾਂ। ਹੁਣ ਕੈਨੇਡਾ ਸਰਕਾਰ ਵੱਲੋਂ ਇੰਟਰਨੈਸ਼ਨਲ ਟਰੈਵਲਰ 'ਤੇ ਵੀ ਹੋਰ ਸਖ਼ਤੀ ਦਿਖਾਈ ਜਾ ਰਹੀ ਹੈ। ਪ੍ਰਾਈਮ ਮਿਨਿਸਟਰ ਨੇ ਕੈਨੇਡੀਅਨਜ਼ ਨੂੰ ਵੀ ਕਿਹਾ ਹੈ ਕਿ ਨੌਨ ਅਸੈਂਸ਼ੀਅਲ ਟਰੈਵਲ ਪਲੈਨ ਨੂੰ ਕੈਂਸਲ ਕੀਤਾ ਜਾਵੇ। ਉੱਥੇ ਹੀ ਏਅਰ ਕੈਨੇਡਾ, ਵੈਸਟ ਜੈੱਟ, ਸਨਵਿੰਗ ਅਤੇ ਏਅਰ ਟ੍ਰਾਂਜ਼ਿਟ ਵੱਲੋਂ ਸਨ ਡੈਸਟੀਨੇਸ਼ਨ ਯਾਨੀ ਕਿ ਕੈਰੀਬੀਅਨ ਅਤੇ ਮੈਕਸੀਕੋ ਤੋਂ ਕੈਨੇਡਾ ਵਿੱਚ ਆਉਣ ਵਾਲੀਆਂ ਸਾਰੀਆਂ ਫਲਾਈਟਸ 31 ਜਨਵਰੀ 2021 ਤੋਂ ਸਸਪੈਂਡ ਕਰ ਦਿੱਤੀਆਂ ਗਈਆਂ ਹਨ 30 ਅਪ੍ਰੈਲ 2021 ਤੱਕ ਅਤੇ ਅਗਲੇ ਹਫ਼ਤੇ ਤੋਂ ਇੰਟਰਨੈਸ਼ਨਲ ਫਲਾਈਟਸ ਸਿਰਫ ਵੈਨਕੂਵਰ, ਕੈਲਗਰੀ, ਮੌਂਟਰੀਅਲ ਅਤੇ ਟੋਰਾਂਟੋ ਵਿੱਚ ਹੀ ਲੈਂਡ ਕਰਨਗੀਆਂ। ਅਤੇ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਏਅਰ ਫਲਾਈਟਸ ਕੰਪਨੀਜ਼ ਦੇ ਲੀਡਰ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਕੈਨੇਡਾ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਕੰਟਰੀਜ਼ ਵਿੱਚ ਕੋਵਿਡ ਦਾ ਜ਼ਿਆਦਾ ਫੈਲਾਅ ਹੈ ਉਹਨਾਂ ਕੰਟਰੀਜ਼ ਲਈ ਹਲੇ ਫਲਾਈਟ ਸਸਪੈਂਡ ਕੀਤੀਆਂ ਜਾਣ ਜਾਂ ਫਿਰ ਕੈਂਸਲ ਕਰ ਦਿੱਤੀਆਂ ਜਾਣ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਜੇ ਤੁਸੀਂ ਇਸ ਖਬਰ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਸਾਰੀ ਖਬਰ ਖੁਦ ਚੈੱਕ ਕਰ ਸਕਦੇ ਹੋ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਜੇ ਤੁਸੀਂ ਹੋਰ ਵਿਦੇਸ਼ ਦੀਆਂ ਤਾਜ਼ਾ ਅਤੇ ਮਹੱਤਵਪੂਰਨ ਖਬਰਾਂ ਦੇਖਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਪੰਜਾਬੀ ਵਿਦੇਸ਼ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ 'ਤੇ ਪ੍ਰੈੱਸ ਕਰੋ ਤਾਂ ਕਿ ਤੁਹਾਨੂੰ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ।